ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਆਪਾਂ ਬਾਅਦ 'ਚ ਨਹੀਂ ਬੋਲਣਾ, ਜੇ ਕਿਸੇ ਨੇ ਫ੍ਰੀ ਵਿੱਚ ਫਾਇਦਾ ਲੈਣਾ ਵਾ ਰਾਣਾ ਦਾ ਰੌਕ ਹੈਲਥ ਕਲੱਬ ਚੈਨਲ ਆ, ਸਟੋਰੀ ਆਪਾਂ ਲਾ ਦਿੰਦੇ ਹਾਂ, ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਅਤੇ ਵੀਡੀਓ ਵੇਖਿਆ ਕਰੋ। ਇਸ ਤਰ੍ਹਾਂ ਦੇ ਆਪਾਂ 7 ਵਲੌਗ ਪਾਉਣ ਲੱਗੇ ਹਾਂ ਡੇਲੀ ਕੰਟੀਨਿਊ। ਇੱਕ ਦਿਨ ਭਾਵੇਂ ਮਿਸ ਹੋ ਜਾਏ ਉਹ ਦਿਨ ਆਪਾਂ ਥੋੜ੍ਹੇ ਬਿਜ਼ੀ ਹਾਂ। ਅੱਜ ਵਲੌਗ ਚੱਲੇਗਾ ਯੋਰ ਪੱਟਾਂ ਦੇ ਬਿਨਾਂ ਥਾਪੀ ਵੱਜਦੀ ਨਾ। ਅੱਜ ਦੇ ਵਲੌਗਰ ਸਾਡੇ ਜਿਹੜੇ ਬਹੁਤ ਹੀ ਮਿਹਨਤ ਦੇ ਦਿਮਾਗੋਂ ਪੈਦਲ ਜਿਮ ਦੇ ਵਿੱਚ ਲੜਕਾ, ਮਿਹਨਤ ਦਾ ਦਿਮਾਗੋਂ ਪੈਦਲ, ਨੋਟ ਦਿਮਾਗੋਂ ਪੈਦਲ, ਉਹਦਾ ਨਾਮ ਦੱਸੇਗਾ ਕਮਾਂਡੋ। ਇੱਕੋ ਹੀ ਲੜਕਾ, ਕੀ ਨਾਮ ਆ? ਭਲਵਾਨ ਸਰਬਜੀਤ ਸਿੰਘ। ਭਲਵਾਨ ਸਰਬਜੀਤ ਸਿੰਘ ਇੰਸਟਾਗ੍ਰਾਮ ਵਾਲੇ, ਉਹ ਤੁਹਾਨੂੰ ਅੱਜ ਪੱਟਾਂ ਦਾ ਪੂਰਾ ਲੜਕਾ ਗੁਰੂ ਕਾ ਸਿੱਖ ਆ ਤੇ ਵੇਖਿਓ ਪੂਰਾ ਵੈਜ ਦੇ ਵਿੱਚ ਸਪਲੀਮੈਂਟ ਦੇ ਵਿੱਚ ਲੜਕੇ ਦੇ ਪੱਟ ਚੈੱਕ ਕਰਿਓ। ਸਰਬਜੀਤ ਸਿੰਘ ਭਲਵਾਨ ਪੱਟਾਂ ਵਾਲੇ। ਸਭ ਤੋਂ ਪਹਿਲਾਂ ਤੁਹਾਨੂੰ ਮੈਥੋਂ ਦੱਸਦਾ, ਸਭ ਤੋਂ ਪਹਿਲਾਂ ਜਿਮ ਵਿੱਚ ਸਾਈਕਲ ਹੁੰਦਾ, ਲੜਕਾ ਸਾਈਕਲ ਚਲਾ ਰਿਹਾ, ਕੈਮਰਾਮੈਨ ਜੀ ਸਾਹਮਣੇ ਆਓ, 5 ਮਿੰਟ ਸਾਈਕਲਿੰਗ ਕਰਨੀ ਆ ਜਾਂ ਕਰਨਾ ਵਾ ਸਕੂਟਰ ਮਾਰਸ ਕ੍ਰੋਸ ਟ੍ਰੇਨਰ, ਇਸ ਤੋਂ ਬਾਅਦ ਆਪਾਂ ਲਾਉਣੇ ਫ੍ਰੀ ਸਕੁਆਟ, ਠੀਕ ਆ? ਦੇਖੋ ਬਿਲਕੁਲ ਸਲੋ ਮੋਸ਼ਨ, ਬਿਲਕੁਲ ਲੱਕ ਸਿੱਧਾ, ਏ ਆ ਅੱਡੀ ਪੱਬ ਕੋਈ ਨਹੀਂ ਚੁੱਕਣਾ, ਕਈ ਅੱਡੀਆਂ ਚੁੱਕ ਕੇ ਮਾਰੀ ਜਾਂਦੇ ਆ, ਜਿਹਦੇ ਪੱਟ ਤਗੜੇ ਰੱਖਣੇ ਕਟਿੰਗ ਵਿੱਚ, ਬਿਲਕੁਲ ਹਾਂ, ਤੁਹਾਡੀ ਡਿਸਕ ਵੀ ਬਜੀ ਰਹੂਗੀ। ਇਹ 15 ਤੋਂ 20 ਰੈਪੀਟੇਸ਼ਨ, ਘੱਟੋ ਘੱਟ 4-5 ਸੱਟ, ਜਾਣੀ ਕਿ 100 ਬੈਠਕਾਂ ਮਾਰ ਦਿਓ ਪੂਰੀ। ਪੱਟ ਹੋ ਗਏ ਗਰਮ, ਮੇਨ ਐਕਸਰਸਾਈਜ਼ ਜਿਹੜੀ ਆਪਾਂ ਜਿਸ ਤਰ੍ਹਾਂ ਬਾਈਸੈਪਸ ਆਪਾਂ ਬਾਰਬਲ ਤੋਂ ਚਾਲੂ ਕੀਤੀ ਸੀ, ਇਹ ਆਪਾਂ ਰੌਡ ਜਿਹੜੇ ਆਪਾਂ ਸਕੁਐਟ ਹੁੰਦੇ ਆ ਉਹ ਲਾਉਣੇ ਆ। ਵੇਟ ਆਪਾਂ ਤਾਂ ਘੱਟ ਪਾ ਰਹੇ ਹਾਂ ਕਿ ਤੁਹਾਨੂੰ ਪਤਾ ਲੱਗ ਜਾਏ ਜਰਕ ਮੂਵਮੈਂਟਸ ਨਹੀਂ ਕਰਨੀ, ਕਿੰਨਾ ਥੱਲੇ ਕਿੰਨਾ ਉੱਪਰ, 3 ਸੈੱਟ 15 ਰੈਪ, ਵੇਟ ਆਪਣੇ ਕੈਪੈਸਿਟੀ ਦੇ ਅਕੋਰਡਿੰਗ ਆਪਾਂ ਪਾ ਸਕਦੇ ਹਾਂ। ਸਭ ਤੋਂ ਪਹਿਲਾਂ ਆਪਾਂ ਸਕੁਐਟ ਲਾ ਰਹੇ ਹਾਂ, ਪੱਟਾਂ ਦੀ ਮੇਨ ਐਕਸਰਸਾਈਜ਼। ਚੈੱਕ ਕਰੋ ਐਂਗਲ, ਕੋਸਾ ਵਾਪ ਹੋਏ ਮੋਹਰੇ, ਕਿਉਂਕਿ ਉਹਨੂੰ ਐਂਗਲ ਦਾ ਪਹਿਲਾਂ ਲੱਗਣ ਡਿਆ, ਅਸਲ ਨਾ ਲੱਤਾਂ ਖੋਲਦਾ ਬੜੀਆਂ ਮੁੰਡਾ, ਮੈਂ ਪੁੱਤ ਇੱਦਾਂ ਕਰ ਮੜਿਆ, ਫੜ ਓਏ ਫੜ ਫੜ, ਹਾਂ ਸ਼ਾਬਾਸ਼, ਆ ਜਾ ਆ ਜਾ ਆ ਜਾ ਆ ਜਾ, ਪੱਬ ਬਾਹਰ ਕੱਢ ਲਾ, ਆਹ ਵੇਖੋ ਜਿੱਦਾਂ ਮੈਂ ਹੱਥ ਲਾ ਕੇ ਦੱਸ ਰਿਹਾ, ਪੋਜੀਸ਼ਨ ਚੈੱਕ ਕਰੋ, ਡੰਬਲ 15 ਦਾ ਲੈ ਕੇ ਬਿਗਨਰ 10 ਦਾ ਲੈ ਲਓ, 5 ਦਾ ਲੈ ਲਓ, ਆ ਐਂਗਲ, ਮੱਛੀਆਂ ਸਾਈਜ਼ ਐਂਡ ਮੱਛੀ, ਪੱਟਾਂ ਦੇ ਮੋਰਨੀਆਂ, ਕਦੀ ਆਇਆ ਕਰੋ ਕਦੀ ਜਾਇਆ ਕਰੋ, ਪੱਤੇ ਤੋੜ ਤੋੜ ਸੀਟੀਆਂ ਵਜਾਇਆ ਕਰੋ, ਕਿਆ ਬਾਤ, 3 ਡੰਬਲ ਆਪਾਂ ਫਿਰ ਗੱਲ ਉੱਥੇ ਆਉਣੀ ਆ ਕਪੈਸਿਟੀ ਦੇ ਅਕੋਰਡਿੰਗ, ਐਂਗਲ ਚੈੱਕ ਕਰੋ, ਪਹਿਲਾਂ ਮੈਂ ਸੈੱਟ ਕਰਦਾ, ਪਹਿਲਾਂ ਪੂਰੇ ਆਪਣੇ ਨੂੰ ਸੈੱਟ ਕਰਿਆ ਕਰੋ ਫਿਰ ਸ਼ੁਰੂ ਕਰਿਆ ਕਰੋ। ਵੇਖੋ ਇੱਕ ਡੰਬਲ ਲੈ ਕੇ ਉਹਦਾ ਭਾਰ ਪੈ ਰਿਹਾ ਇਕੱਲੇ ਸੱਜੇ ਪੱਟ 'ਤੇ, ਇੱਦਾਂ 10 ਤੋਂ 15 ਵਾਰੀ ਰਾਈਟ, ਫਿਰ ਐਂਗਲ ਚੇਂਜ ਲੈਫਟ 'ਤੇ ਲੈ ਆਉਣਾ ਵਾ, ਅਤੇ ਫਿਰ ਆਪਾਂ ਇੱਦਾਂ 3 ਸੈੱਟ। ਆਮ ਨਾ ਬੜਾ ਭਰਮ ਭੁਲੇਖਾ ਲੋਕਾਂ ਵਿੱਚ ਹੈਗਾ, ਸ਼ਨੀਵਾਰ ਪੱਟ ਲਾਉਣੇ ਆ, ਖੱਲੀਆਂ ਪੈ ਜਾਂਦੀਆਂ, ਸ਼ਨੀਵਾਰ ਪੱਟ ਲਾਓ ਐਤਵਾਰ ਛੁੱਟੀ ਮਿਲ ਜਾਂਦੀ ਆ, ਪਰ ਸਾਡਾ ਕੀ ਹੁੰਦਾ ਵਾ, ਅਸੀਂ ਕਦੋਂ ਪੱਟ ਲਵਾਉਣੇ ਆ, ਜਿਹੜਾ ਮਸਲ ਲੋਕ ਹੋਇਆ, ਮੰਨ ਲਓ ਕਿਹਦਾ ਬਾਈਸੈਪਸ ਨਹੀਂ ਵੱਧਦਾ, ਅਸੀਂ ਉਹਨੂੰ ਬਾਈਸੈਪਸ ਤੋਂ ਪਹਿਲਾਂ ਰੈਸਟ ਦੇ ਦੇਣੀ, ਪੱਟ ਲਵਾ ਦਿੰਦੇ ਹਾਂ, ਆਹ ਵੇਖੋ ਸਟਰੈਚਿੰਗ, ਕਦੀ ਕ੍ਰੈਮਪਸ ਨਹੀਂ ਪੈਣਗੇ ਵਿੱਚ, 2-4-5 ਮਿੰਟ ਇੱਦਾਂ ਸਪੋਰਟ ਲੈ ਕੇ ਨਾ, 5-4-3-2-1 ਇੱਦਾਂ ਪੈਰਾਂ ਭਾਰ ਵੀ ਵਿਆਹ ਕਰੋ, ਫਲੱਸ਼ਾਂ ਬੰਦ ਹੋ ਗਈਆਂ, ਵਿਕਾਸ ਕਰਕੇ ਵਿਨਾਸ਼ ਕਰ ਲਿਆ,
ਪੱਟ ਲਾਉਣੇ ਨਹੀਂ ਲਾਉਣੇ, 5 ਮਿੰਟ ਡੇਲੀ ਭਰਾ ਭਰ ਬਿਆ ਕਰੋ, ਕਦੀ ਕਾਰਡੀਓ ਖਰਾਬ ਨਹੀਂ ਹੋਗੀ। ਇਦਾਂ ਸਿੱਧਾ ਇਹ ਵਾਲੀ ਐਕਸਰਸਾਈਜ਼ ਮੈਂ ਤਾਂ ਨਾਲ ਕਰਾਉਣ ਡਿਆ ਵਾਂ ਕਿ ਤੁਹਾਡੇ ਖੱਲੀਆਂ ਨਹੀਂ ਪੈਣਗੀਆਂ, ਕਦੀ ਕ੍ਰੈਮਪਸ ਵੀ ਨਹੀਂ ਪੈਣਗੇ। ਇੰਗਲਿਸ਼ ਵਿੱਚ ਅੱਜ ਕੱਲ੍ਹ ਕ੍ਰੈਮਪਸ ਕਹਿੰਦੇ ਆ, ਅਸੀਂ ਭਲਵਾਨ ਖੱਲੀਆਂ ਕਹਿੰਦੇ ਆ। ਆਹ ਵੇਖੋ, ਵੈਸੇ ਵੀ ਇਹ ਵਾਲਾ ਜਿਹੜਾ ਵਰਕਆਊਟ ਹੈ ਨਾ, ਜਿਹੜੀ ਐਕਸਰਸਾਈਜ਼ ਆ, ਖਾਣਾ ਖਾਣ ਤੋਂ ਬਾਅਦ ਸਾਡੀਆਂ ਭੈਣਾਂ, ਸਾਡੀਆਂ ਮਾਤਾਵਾਂ, ਸਾਡੀਆਂ ਬੱਚੀਆਂ, ਸਾਡੇ ਭਾਰੀ, ਸਾਡੇ ਅੰਕਲ, ਸਾਡੇ ਚਾਏ, ਸਾਡੇ ਫੁੱਫੜ, ਸਾਰੇ ਇੱਦਾਂ ਕਰ ਸਕਦੇ ਆ। ਹੁਣ ਆਪਾਂ ਕਰਾਂਗੇ ਸਟਰੈਚਿੰਗ। ਅੰਦਰ ਜਿਹੜਾ ਆਪਣਾ ਅੰਟਰਨਲ ਮਸਲ ਹੁੰਦਾ, ਸਭ ਤੋਂ ਬਿਗ ਮਸਲ ਥਾਈ ਦਾ, ਚੈੱਕ ਕਰੋ। ਇਹ ਕਰ ਬੇਟਾ, ਹਾਂ, ਕਿੱਕ ਮਾਰ ਥੱਲਿਓ, ਹਾਂ, ਚੱਲ ਉੱਪਰ ਉੱਪਰ ਚਲੋ ਫੁੱਫੜ ਜੀ, ਹਾਂ, ਕਿਆ ਬਾਤ। ਮਤਲਬ ਕਿ ਜਦੋਂ ਤੁਹਾਡੀ ਅੱਧਾ ਵਰਕਆਊਟ ਹੋ ਗਿਆ ਨਾ, 5-6 ਮਿੰਟ ਇਹ ਸਟਰੈਚਿੰਗ ਕਰਨੀ ਕਰਨੀ ਆ। ਬਹੁਤ ਵਧੀਆ, ਸ਼ਾਬਾਸ਼ ਸ਼ਾਬਾਸ਼। ਹਾਂ, ਹੁਣ ਉਹ ਕਹਿੰਦਾ ਮੇਰੇ ਪੱਟ ਟਾਈਟ ਹੋ ਗਏ ਆ, ਰਿਲੈਕਸ ਆਪੇ ਵੀ ਕਰ ਸਕਦੇ ਹਾਂ, ਥੋੜ੍ਹੇ ਮੈਂ ਰਿਲੈਕਸ ਕਰ ਦੂੰਗਾ, ਥੋੜ੍ਹਾ ਹੈਵੀ ਲੱਗ ਜੂਗਾ। ਟਾੜਾ ਵਾਲਿਆਂ ਦੀ ਗੱਡੀ ਚੱਲ ਰਹੀ ਜਿਹਨੂੰ ਕਹਿੰਦੇ ਟਾੜਾ ਸੋਮੋ, ਉਹ ਇੰਨੀ ਕੁ ਪੱਕੀ ਹੁੰਦੀ ਨਾ, ਉਹ ਸਾਲੀ ਚੀਜ਼ ਵੱਜ ਜਾਂਦੀ ਸੀ ਤਾਂ ਉਹਨੂੰ ਕੱਖ ਨਹੀਂ ਹੁੰਦਾ ਸੀ, ਅਗਲੇ ਦੇ ਭੈਣ ਚੋਂ ਨਿਆਣੋ ਬਣ ਜਾਂਦੀ ਸੀ। ਦਿਸ ਇਜ਼ ਦਾ ਸੋਮੋ ਸਕੁਆਟ। ਇਹ ਤਾਂ ਇੱਥੇ ਆਪਾਂ ਮੈਂਸ਼ਨ ਕੀਤੀ ਆ ਵੀ ਪੱਟ ਟਾਈਟ ਹੋ ਗਏ, ਰਿਲੈਕਸ ਹੋ ਗਏ ਆ, ਇਹ ਜਾਨ ਜ਼ਿਆਦਾ ਕੱਢਦੇ ਆ। ਇਸ ਤੋਂ ਬਾਅਦ 3 ਸੈੱਟ 15 ਰੈਪ ਅਤੇ ਟਾੜਾ ਸੋਮੋ ਸਕੁਆਟ, ਟਾੜਾ ਸੋਮੋ, ਕਿਆ ਬਾਤ ਹੋ ਜਾਏਗੀ, ਫੱਟੀਆਂ ਹੀ ਫੱਟੀਆਂ। ਥੈਂਕ ਯੂ ਬੇਟਾ। ਮੈਂ ਕਿਹਾ ਮੰਮੀ ਚੈੱਕ ਕਰ ਲਾਂ, 32 ਸਾਲ ਹੋ ਗਏ ਵਰਕਆਊਟ ਕਰਦੇ ਹਾਂ, ਗੋਡੇ ਗਾਡੇ ਚੱਲਦੇ, ਅਸੀਂ ਵੀ ਡੱਕ ਵਾਕ ਕਰ ਸਕਦੇ ਹਾਂ, ਪਰ ਬੜੀ ਫੀਲਿੰਗ ਆਉਂਦੀ ਆ। ਮੈਂ ਜਦੋਂ ਵਰਕਆਊਟ ਕਰਦਾ ਨਾ, ਮੈਂ ਨਹੀਂ ਸੋਚਦਾ ਹੁੰਦਾ ਮੈਂ ਕਿੰਨੇ ਸਾਲ ਦਾ, ਮੈਂ ਸੋਚਦਾ ਮੈਂ 18 ਸਾਲ ਦਾ ਮੁੰਡਾ, ਅੱਜ ਸ਼ੁਰੂ ਕੀਤੀ ਆ, ਇਹ ਡੱਕ ਵਾਕ। 3 ਚੱਕਰ ਲਾਇਆ ਕਰੋ, ਜਿੱਡਾ ਤੁਹਾਡਾ ਜਿੰਮ ਆ, ਅਖਾੜਾ ਵਾ, 3 ਚੱਕਰ ਲਾ। ਜਿੰਮ ਦੇ ਵਿੱਚ ਮਸ਼ੀਨ ਹੁੰਦੀ ਆ, ਹਰ ਜਿੰਮ ਵਿੱਚ ਮਸ਼ੀਨ ਹੁੰਦੀ, ਲੈਗ ਪ੍ਰੈਸ, ਕੋਈ ਇੰਡੀਅਨ ਕੋਈ ਇੰਪੋਰਟਡ, ਪਰ ਇਹ ਮਸ਼ੀਨ ਬਹੁਤ ਵਧੀਆ ਵਾ। ਕਾਰਡੀਲੀਅਸ 'ਤੇ ਜ਼ੋਰ ਬਹੁਤ ਘੱਟ ਪੈਂਦਾ, ਸਿਰਫ ਪੱਟਾਂ 'ਤੇ ਪੈਂਦਾ। ਅਸੀਂ ਕੀ ਕਰਦੇ ਹਾਂ, ਅਸੀਂ ਬਾਹਰੋਂ ਵਿੱਚੋਂ ਅਤੇ ਅੰਦਰ ਸਾਰੇ ਲਾਉਣੇ ਇਕੱਠੇ। ਆਹ ਵੇਖੋ, ਗੋਡਾ ਸਿੱਧਾ ਨਹੀਂ ਕਰਨਾ, ਨਹੀਂ ਤਾਂ ਗੋਡੇ ਦੇ ਜ਼ੋਰ ਆਉਣਾ, ਇੰਨਾ ਕੁ ਰੱਖਣਾ ਇਹ, ਬਸ ਡਾਊਨ, ਆਪ, ਬਸ, ਵੈਰੀ ਗੁੱਡ, ਵੈਰੀ ਨਾਈਸ, ਕਿਆ ਬਾਤ। 3 ਸੈੱਟ ਲਾਇਆ ਕਰੋ, ਲੈਗ ਪ੍ਰੈਸ ਹੈਵੀ, ਜਿੰਨੇ ਪੱਟ ਹੈਵੀ ਕਰਨੇ ਆ। ਲੜਕੇ ਉਹ ਵੇਖੀ ਦੀਆਂ ਰੀਲਾਂ, ਕਿੰਨਾ ਕਿੰਨਾ ਵੇਟ ਪਾ ਕੇ ਲਾਈ ਜਾਂਦੇ, ਉਹਦਾ ਕੋਈ ਫਾਇਦਾ ਨਹੀਂ। ਲਓ ਜੀ, ਕਰਲ ਡੰਬਲ ਲੱਗਣ ਲੱਗਾ, ਜੇ ਦੇਸੀ ਮਸ਼ੀਨ ਵੀ ਹੁੰਦੀ ਆ, ਪਰ ਸਾਡੇ ਕੋਲ ਮਸ਼ੀਨ ਹੈਗੀ ਆ, ਪਰ ਆਪਾਂ ਦੇਸੀ ਲਵਾਉਣੇ ਆ, ਪਿੱਛੇ ਡੰਬਲ ਅਡਾ ਕੇ। ਕਈਆਂ ਦੇ ਹੁਣ ਅਗਲੇ ਬੰਨੇ ਉਹਦੇ ਤੁਰੇ ਫਿਰਦੇ ਆ, ਨਾਲੇ ਸਾਡੇ ਨਾਲ ਜਾਇਆ ਕਰੋ, ਅਸੀਂ ਜਿਉਂ ਜੰਮੇ ਬੋਦੀਓ ਲੰਮੇ, ਅਸੀਂ ਜੋ ਕਰਨਾ ਅਸੀਂ ਕਰਕੇ ਅਸੀਂ ਅੱਜ ਵੀ ਕਰੀ ਜਾਂਦੇ ਹਾਂ। ਜੇ ਕਿਸੇ ਨੇ ਪਿੱਛੋਂ ਪੱਟ ਵੱਡਾ ਕਰਨਾ, ਉਹ ਵੇਖੀ ਤਾਂ ਅਗਲੇ ਬੰਨੇ ਉਹ ਜੀਨ ਫਸੀ ਹੁੰਦੀ ਆ ਅਤੇ ਪਿੱਛੋਂ ਸੁੱਕਣਾ ਓਕੇ ਰਿਪੋਰਟੀ ਹੋਈ ਹੁੰਦੀ ਆ, ਟਿਕਦੀ ਨਹੀਂ ਜੀਨ। ਇਸ ਕਰਕੇ ਗਲੂਟਸ ਬੈਕ ਕਰਲ, ਡੰਬਲ ਪਿੱਛੋਂ ਲਾ ਕੇ ਪਿਛਲਾ ਪੱਟ ਹੈਵੀ ਕਰਨਾ ਹੋਵੇ, ਗੁੱਡ। ਇਹ ਵਾਲੀ ਐਕਸਰਸਾਈਜ਼ ਆਪਾਂ ਤਾਂ ਲਾਉਣੀ ਆ, ਜਿੰਮ ਵਾਲੇ ਸਾਰੇ ਲਾਉਂਦੇ ਆ, ਪਰ ਜਿੱਤੋਂ ਵੀ ਕਿਸੇ ਦੀ ਕਾਰਡੀਓ ਗੋਡੇ ਖਰਾਬ ਹੋਣ ਨਾ, ਡਾਕਟਰ ਇਹ ਜ਼ਰੂਰ ਕਹਿੰਦੇ ਆ ਵੀ ਤੁਸੀਂ ਖਾਲੀ ਵੀ ਇਸ ਤਰ੍ਹਾਂ ਰੋਜ਼ 15-20 ਵਾਰੀ ਕਰੋ, ਬਹੁਤ ਵਧੀਆ। ਖਾਸ ਕਰਕੇ ਗੋਡਿਆਂ ਦੀ ਐਕਸਰਸਾਈਜ਼ ਭੈਣਾਂ ਲਈ, ਮਾਤਾਵਾਂ ਲਈ, ਵੀਰਾਂ ਲਈ, ਬਜ਼ੁਰਗਾਂ ਲਈ, ਵੱਡਿਆਂ ਲਈ, ਛੋਟਿਆਂ ਲਈ। ਮਸ਼ੀਨ ਨਹੀਂ ਹੈਗੀ, ਡੇਲੀ ਉੱਠ ਕੇ 5 ਮਿੰਟ ਇੱਦਾਂ ਇੱਦਾਂ ਤੁਸੀਂ ਸਟ੍ਰੈਚ ਕਰਨਾ ਆਪਣੇ ਗੋਡੇ ਨੂੰ, ਡਾਊਨ ਅਪ। ਕਹਿੰਦਾ ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਦਾ, ਆਈ ਚੀਰੇ ਵਾਲਿਆ, ਚੀਰੇ ਵਾਲਿਆ, ਚੀਰੇ ਵਾਲੇ ਆਏ ਸਹਿਗਲ ਸਾਹਿਬ। ਸਾਡੇ ਬਹੁਤ ਸਬਰ ਸੰਤੋਖੀ ਬੰਦੇ ਪਹੁੰਚ ਗਿਆ, ਬਹੁਤ ਲੇਟ ਪਹੁੰਚਿਆ, ਕਹਿੰਦੇ ਮੈਂ ਮੈਸੇਜ ਨਹੀਂ ਵੇਖਿਆ, ਆਪੇ ਆ ਗਿਆ। ਅੱਜ ਕੱਲ੍ਹ ਸੋਸ਼ਲ ਮੀਡੀਆ ਬਹੁਤ ਘੱਟ ਚਲਾਉਂਦੇ ਆ, ਫੇਸਬੁੱਕ 'ਤੇ ਕਿਤੇ ਨਹੀਂ ਹੈਗੇ,
ਸਬਰ ਸੰਤੋਖੀ ਆ ਵੀ ਸੈੱਟ ਕਿਆ ਬਾਤ ਆ। ਖਾਸ ਕਰ ਜਿਹੜੇ ਬਿਗਨਰ ਹੈ ਨਾ ਛੋਟੇ ਬੱਚੇ ਉਹ ਇਹ ਪੁਸ਼ ਡਾਊਨ ਮਸ਼ੀਨ ਹੁੰਦੀ ਟ੍ਰਾਈਸੈਪਸ ਦੀ, ਉਹਨੂੰ ਥੱਲੇ ਲੈ ਕੇ ਨਾ ਇੱਦਾਂ 3 ਸੈੱਟ 12 ਤੋਂ 15 ਰੈਪ ਇਹ ਵੀ ਲਾ ਲਿਆ ਕਰੋ। ਇਹ ਵਾਲੀ ਐਕਸਰਸਾਈਜ਼ ਨਾ ਕਈ ਜਣੇ ਭੁੱਲ ਹੀ ਜਾਂਦੇ ਆ, ਅਤੇ ਨਾ ਤਾਂ ਆਪਾਂ ਫਰੰਚੀ ਪਾ ਕੇ ਘੁੰਮਣਾ ਨਾ ਰੁਮਾਲੀ, ਅਤੇ ਨਿੱਕਰ ਤਾਂ ਪਾਉਣੀ ਪੈਣੀ ਆ। ਜਦੋਂ ਨਿੱਕਰ ਪਾਈ ਹੋਵੇ ਨਾ ਤੁਹਾਡੇ ਕਾਫ ਵੀ ਤਕੜੇ ਹੋਣੇ ਬਹੁਤ ਜ਼ਰੂਰੀ ਆ। ਇਹਨਾਂ ਨੂੰ ਆਪਾਂ ਕਹਿੰਦੇ ਹਾਂ ਕਾਫ ਮਸਲਸ। ਇਹ ਖੜ੍ਹੇ ਹੋ ਕੇ ਵੀ ਲਾ ਸਕਦੇ ਜੇ ਮਸ਼ੀਨ ਹੈਗੀ ਠੀਕ ਆ, ਨਹੀਂ ਤਾਂ ਬੈਠ ਕੇ ਵੀ ਲਾ ਸਕਦੇ ਜੀ। ਹਾਂਜੀ, ਹੁਣ ਆਪਾਂ ਤੁਹਾਨੂੰ ਕਰਨ ਲੱਗੇ ਹਾਂ ਨਮਸਤੇ। ਇਹ ਤੋਂ ਬਾਅਦ ਸਿਰਫ ਆਪਾਂ ਤੁਹਾਨੂੰ ਪੰਪਿੰਗ ਵਿਖਾਉਣੀ ਆ, ਫਲੈਕਸ ਕਰਕੇ ਕਿ ਪੱਟਾਂ ਦੀ ਅੱਜ ਪੰਪਿੰਗ ਕਿੰਨੀ ਹੋਈ ਆ ਉਹ ਵਿਖਾਵਾਂਗੇ ਨਮਸਤੇ। ਠੀਕ ਆ, ਹਾਈਪਰ ਸਟ੍ਰੈਕਸ਼ਨ, ਰੀੜ੍ਹ ਦੀ ਹੱਡੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਆ। ਕੋਈ ਵੀ ਐਕਸਰਸਾਈਜ਼ ਕਰਦੇ ਹਾਂ ਤੁਹਾਡਾ ਲੱਕ ਲੋਹਾ ਚਾਹੀਦਾ ਜੀ। ਅਤੇ ਦਾਸ ਨੇ ਤੁਹਾਡੇ ਆਸ਼ੀਰਵਾਦ ਨਾਲ ਮਹਾਰਾਜ ਦੀ ਕਿਰਪਾ ਨਾਲ ਅੱਜ ਤੱਕ ਦਾਸ ਨੇ ਬੈਲਟ ਨਹੀਂ ਬੱਧੀ, ਅਤੇ ਮਹਾਰਾਜ ਦੀ ਕਿਰਪਾ ਹੀ ਆ। ਹਾਈਪਰ ਸਟ੍ਰੈਕਸ਼ਨ ਇਜ਼ ਦਾ ਮਸਟ। ਕਹਿੰਦੇ ਬਾਗਾਂ ਵਿੱਚ ਮੋਰ ਹੁੰਦਾ ਤੇਰੇ ਪਿੱਛੇ ਕਿਉਂ ਰੋਲਦੇ ਜੇ ਕੋਈ ਤੇਰੇ ਜਿਹਾ ਹੋਰ ਹੁੰਦਾ। ਫੁੱਲ ਪੰਪਿੰਗ ਵੇਖੋ, ਫਲੈਕਸ ਚੈੱਕ ਕਰੋ ਹੁਣ ਪੱਟਾਂ ਦੀ, ਅੱਜ ਦੇ ਪਹਿਲਾਂ ਵੀ ਪੱਟ ਵੇਖੇ ਸੀ, ਠੀਕ ਆ ਹੁਣ ਵੀ ਚੈੱਕ ਕਰੋ। ਇਹ ਜਿਹੜੀ ਅੱਜ ਤੁਹਾਨੂੰ ਆਪਾਂ ਥਾਈ ਦੀ ਐਕਸਰਸਾਈਜ਼ ਦੱਸੀ ਆ, ਜ਼ਰੂਰੀ ਨਹੀਂ ਕਿ ਜਿਮਿੰਗ ਵਾਸਤੇ ਹੀ ਆ ਜਾਂ ਇੱਕ ਰੈਸਲਰ ਵਾਸਤੇ ਆ, ਕੋਈ ਵੀ ਸਪੋਰਟਸਮੈਨ ਇਹ ਵਾਲੇ ਵਰਕਆਊਟ ਕਰ ਸਕਦਾ ਵਾਰਮ ਅਪ ਹੋ ਗਏ। ਹਾਂ, ਹਰ ਬੰਦੇ ਦੀ ਬਾਡੀ ਵੱਖਰੀ ਹੁੰਦੀ ਆ, ਉਹਦੇ ਰੈਪੀਟੀਸ਼ਨ ਆਪਾਂ ਘਟਾ ਸਕਦੇ ਹਾਂ, ਅਤੇ ਜਿੰਨੀ ਉਹਦੀ ਵੇਟ ਦੀ ਕਪੈਸਿਟੀ ਆ ਉਹ ਆਪਣੀ ਘਟਾ ਸਕਦਾ। ਠੀਕ ਆ, ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਵੀਡੀਓ ਸ਼ੇਅਰ ਕਰਿਆ ਕਰੋ, ਨਵੀਆਂ ਨਵੀਆਂ ਵੀਡੀਓ ਨਵੇਂ ਨਵੇਂ ਵਲੌਗ ਆਉਂਦੇ ਰਹਿਣਗੇ। ਇਸ ਤੋਂ ਬਾਅਦ ਅਗਲੇ ਹਫ਼ਤੇ ਜਾਂ ਉਸ ਤੋਂ ਅਗਲੇ ਹਫ਼ਤੇ ਮੇ ਬੀ, ਅਤੇ ਆਪਣੀਆਂ ਬਲੈਸਿੰਗ ਜਿਹੜੀਆਂ ਦਿਓ, ਅਤੇ ਜਿਹੜਾ ਆਪਣਾ ਇੰਸਟਾਗ੍ਰਾਮ ਦਾ ਚੈਨਲ ਆ 300K ਹੋਣ ਵਾਲਾ ਵਾ, ਵੱਧ ਤੋਂ ਵੱਧ ਇਹਨੂੰ ਜਿਹੜਾ ਫੋਲੋ ਕਰੋ। 300K ਦੀ ਜਿਹੜੀ ਪਾਰਟੀ ਆ ਉਹ ਇੱਕ ਡਿਨਰ ਪਾਰਟੀ ਹੋਏਗੀ, ਜਿਹੜੀ ਕਿ ਮੁੰਡੇ ਕਹਿੰਦੇ ਕਿ ਉਸਤਾਦ ਜੀ ਸਾਰੀਆਂ ਸੇਵਾਵਾਂ ਤੁਸੀਂ ਨਾ ਨਿਭਾਇਆ ਕਰੋ, ਕੁਝ ਸੇਵਾਵਾਂ ਸਾਨੂੰ ਵੀ ਦੇ ਦਿਆ ਕਰੋ। ਇੱਕ ਡਿਨਰ ਪਾਰਟੀ ਦਾ ਵਲੌਗ ਬਣੇਗਾ 300K 'ਤੇ, ਇਸ ਕਰਕੇ ਕੋਸ਼ਿਸ਼ ਕਰੋ ਕਿ 15-20 ਦਿਨ ਦੇ ਵਿੱਚ 300K ਕਰ ਦਿਉ, ਅਤੇ ਯੂਟਿਊਬ ਚੈਨਲ ਵੱਧ ਤੋਂ ਵੱਧ ਜਿਹੜਾ ਉਹ ਸਬਸਕ੍ਰਾਈਬ ਕਰਿਆ ਕਰੋ।